करने गया था, पूरी शर्ट दिया, पूरी पैर किन्ना समा हो गया कर लिया। था उन्होंने? परिवार उन्हों का मैरिज सी? मैरिज हाँ जी, सी हाँ, मैं 2.5 3 ढाई साल का बच्चा वो भी नाल ही लड़का रहिंदे सी या उधर रहिंदे? ना, उसके नाल ही। ਤੇ ਹੋਰ ਵੀ ਤੁਹਾਡਾ ਕੋਈ ਬੇਟਾ ਹੈਗਾ ਜਾਂ ਇਕੱਲਾ ਹੀ ਮੈਂ ਸੀਗਾ ਤੁਹਾਡਾ? ਕੱਲਾ ਹੀ ਤਾਂ ਕਿਸ ਚੀਜ਼ ਦਾ ਕੰਮ ਕਰਦੇ ਸੀ ਤੁਸੀਂ? ਤੇ ਫਾਰਮ ਵਿੱਚ ਤੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਕੋਈ ਹਾਦਸਾ ਹੋ ਉਹਦੇ ਗਿਆ? ਸਾਡੇ ਰਿਸ਼ਤੇਦਾਰ ਆ ਫਿਰ ਉਹਨਾਂ ਨੇ ਦੱਸਿਆ। ਜਿਹੜੀ ਡੈਡ ਬੋਡੀ ਹੈ ਉਹਦੇ ਲਈ ਹੁਣ ਪ੍ਰੋਸੈਸ ਹੈ ਜਿਹੜਾ ਉਹ ਜਾਰੀ ਹੈ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਇੱਧਰ ਲਿਆਉਣ ਦੇ ਲਈ? ਹਾਂ ਜੀ, ਹਾਂ ਜੀ, ਅਸੀਂ ਦੇਖੋ ਕਿੰਨਾ ਕਰਦੇ। ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਮੰਗ ਕਰਦੇ ਹਾਂ ਵੀ ਚਲ ਛੇਤੀ ਛੇਤੀ ਆ ਜਾਏ ਇੱਧਰ ਰੈਡ ਬੋਲ। ਤੇ ਹੋਰ ਵੀ ਤੁਹਾਡਾ ਕੋਈ ਬੇਟਾ ਹੈਗਾ ਜਾਂ ਇਕੱਲਾ ਹੀ ਮੈਂ ਕੱਲਾ ਸੀਗਾ? ਹੀ ਤਾਂ ਜੀ। ਕਿਸ ਚੀਜ਼ ਦਾ ਕੰਮ ਕਰਦੇ ਸੀ ਤੁਸੀਂ? ਤੇ ਫਾਰਮ ਵਿੱਚ ਤੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਕੋਈ ਹਾਦਸਾ ਹੋ ਉਹਦੇ ਗਿਆ? ਸਾਡੇ ਰਿਸ਼ਤੇਦਾਰ ਆ ਫਿਰ ਉਹਨਾਂ ਨੇ ਦੱਸਿਆ। ਜਿਹੜੀ ਡੈਡ ਬੋਡੀ ਹੈ ਉਹਦੇ ਲਈ ਹੁਣ ਪ੍ਰੋਸੈਸ ਹੈ ਜਿਹੜਾ ਉਹ ਜਾਰੀ ਹੈ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਇੱਧਰ ਲਿਆਉਣ ਦੇ ਲਈ? ਹਾਂ ਜੀ, ਹਾਂ ਜੀ, ਅਸੀਂ ਦੇਖੋ ਕਿੰਨਾ ਕਰਦੇ। ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਮੰਗ ਕਰਦੇ ਹਾਂ ਵੀ ਚਲ ਛੇਤੀ ਛੇਤੀ ਆ ਜਾਏ ਇੱਧਰ ਰੈਡ ਬੋਲ। ਇਹ ਅਵਤਾਰ ਸਿੰਘ ਸੀਗਾ ਜੀ। ਕਿੰਨੇ ਕੁ ਸਮੇਂ ਤੋਂ ਬਾਹਰ ਗਏ ਹੋਏ? ਤਕਰੀਬਨ 2005 ਦੇ ਬਾਹਰ ਰਹਿ ਰਹੇ ਸੀਗੇ ਜੀ। ਕਿਹੜੀ ਕੰਪਨੀ ਸੀ? ਇਟਲੀ ਦੇ ਵਿੱਚ ਸੀਗੇ ਜੀ। ਕੀ ਕੰਮ ਵਗੈਰਾ ਉੱਥੇ ਕਰਦੇ? ਕੰਮ ਤਾਂ ਵੀ ਉਹਨੂੰ ਤਾਂ ਫਾਰਮ ਦਾ ਸੀਗਾ ਜੀ ਐਕਚੁਅਲੀ। ਜਿਹੜਾ ਹਾਦਸਾ ਹੋਇਆ ਉਹਨਾਂ ਨਾਲ ਮੌਤ ਹੋ ਗਈ ਉਹ ਕਿਸ ਤਰ੍ਹਾਂ ਹੋਈ? ਉਹ ਵੀ ਇੱਕ ਨੂੰ ਇੱਕ ਕੰਟਰੈਕਟਰ ਜਿਵੇਂ ਆਪਣੇ ਦੇ ਫਾਰਮ ਉੱਤੇ ਕੋਈ ਨਾ ਕੰਸਟਰਕਸ਼ਨ ਦਾ ਕੰਮ ਚੱਲਦਾ ਸੀਗਾ ਜੀ, ਉੱਥੇ ਕੰਮ ਕਰਨ ਗਏ ਸੀਗੇ ਜੀ ਥੋੜ੍ਹੀ ਦੇਰ ਲਈ। ਉੱਥੇ ਯਾਨੀ ਕਿ ਤਕਰੀਬਨ 30 ਫੁੱਟ ਦੀ ਉਚਾਈ ਦੇ ਉੱਪਰੋਂ ਉਹ ਸਲੇਟ ਉੱਪਰੋਂ ਟੁੱਟ ਗਈ ਉਹਦੀ, ਉਹ ਟੁੱਟਣ ਨਾਲ ਥੱਲੇ ਗਿਰ ਗਏ ਜੀ, ਸਲੇਟ ਸੱਟ ਵੱਜ ਗਈ, ਹਾਦਸਾ ਹੋਇਆ ਜੀ। ਮੌਕੇ ਤੇ ਹੀ ਮੌਤ ਹੋ ਗਈ ਸੀ ਜਾਂ ਕਿਸ ਤਰ੍ਹਾਂ? ਨਹੀਂ, ਮੌਕੇ ਤੇ ਹੀ ਮੌਤ ਹੋ ਗਈ। ਹਾਂਜੀ, ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ? ਦੇਖੋ ਵੀਰ ਜੀ, ਇਹਦੇ ਬਾਰੇ ਤਾਂ ਅਸੀਂ ਪਹਿਲਾਂ ਤਾਂ ਇਹੀ ਕਹਿੰਦੇ ਹਾਂ ਵੀ ਜੇ ਕੋਈ ਨੌਜਵਾਨ ਦੀ ਇੱਦਾਂ ਹੁੰਦੀ ਹੈ ਉੱਧਰ ਤਾਂ ਉਹਦੀ ਜਿਹੜੀ ਬੋਡੀ ਇੱਧਰ ਲਿਆਉਣ ਲਈ ਅੰਬੈਸੀ ਵੱਲੋਂ ਕੋਈ ਚਾਰਾਜੋਈ ਕਰਨੀ ਪੈਂਦੀ ਚਾਹੀਦੀ ਹੈ ਜ਼ਰੂਰ, ਵੀ ਪਰਿਵਾਰਾਂ ਨੂੰ ਕੋਈ ਦਿੱਕਤ ਨਾ ਆਵੇ। ਜਿਹੜੀ 15-15 20-20 ਦਿਨ ਵੇਟ ਕਰਨੀ ਪੈਂਦੀ ਹੈ ਉਹ ਪ੍ਰੋਸੈਸ ਜਲਦੀ ਤੋਂ ਜਲਦੀ ਹੋ ਜਾਵੇ। ਬਾਕੀ ਨੰਬਰ 2 ਤੇ ਆ ਵੀ ਸਰਕਾਰਾਂ ਨੂੰ ਇੱਥੇ ਨੌਜਵਾਨਾਂ ਨੂੰ ਸਾਂਭਣ ਲਈ ਪ੍ਰਬੰਧ ਕਰਨੇ ਚਾਹੀਦੇ ਆ,